ਮਲ ਟਾਊਨ ਦੇ ਲੱਗਦੇ ਨਾਲ ਲਤੀਫ ਪੁਲੇ ਦੇ ਵਿੱਚ ਜੋ ਪਰੂਮਾ ਟਰੱਸਟ ਵੱਲੋਂ ਡਿੱਚ ਚਲਾਈ ਗਈ ਸੀ ਤੇ ਉਸ ਦੇ ਬਾਅਦ ਅੱਜ 7ਵੇਂ ਦਿਨ ਦੇ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦੇ ਸ਼ੀਤਲ ਅੰਗਰਾਲ ਤੇ MLA ਰਮਨ ਰੋੜਾ ਤੇ ਔਰ ਪਰੂਮਾ ਟਰੱਸਟ ਦੇ ਚੇਅਰਮੈਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਉਹਨਾਂ ਵੱਲੋਂ ਕਿਹਾ ਗਿਆ ਸੀ ਵੱਡੇ ਵਿਸ਼ਵਾਸਨ ਦਿੱਤੇ ਗਏ ਸੀ ਔਰ ਪੰਜਾਬ ਦੇ ਜੋ ਜਲੰਧਰ ਦੇ ਪਰੂਮਾ ਟਰੱਸਟ ਵੱਲੋਂ ਡਿੱਚ ਚਲਾਈ ਗਈ ਸੀ ਤੇ ਉਹਨਾਂ ਦੇ ਜੋ ਘਰਾਂ ਤੋਂ ਉਜਾੜ ਦਿੱਤਾ ਗਿਆ ਸੀ ਉਹਨਾਂ ਦੇ ਕਿਹੜੇ ਲੋਕ ਘਰ ਦੇ ਲੋਕ ਹੈ ਉਹ ਸੜਕਾਂ ਤੇ ਬੈਠੇ ਪਏ ਸੀ ਤੇ ਅਲੱਗ ਅਲੱਗ NGO ਵੱਲੋਂ ਉਹਨਾਂ ਦੇ ਨਾਲ ਪੂਰਾ ਮੋਢੇ ਤੇ ਮੋਢਾ ਲਗਾ ਕੇ ਬੈਠੇ ਹੋਏ ਨੇ ਤੇ ਅੱਜ ਜੋ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਇਹਨਾਂ ਨੂੰ ਜੋ ਹੈ ਘਰ ਦਿੱਤੇ ਜਾਣਗੇ ਤੇ ਫਲੈਟ ਹੈ ਉਹ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਲਤੀਪੁਰੇ ਦੇ ਵਾਸੀ ਹੈ ਆਪਾਂ ਨਾਲ ਸਾਡੇ ਨਾਲ ਹੈ ਭਾਅ ਜੀ ਪੰਜਾਬ ਸਰਕਾਰ ਵੱਲੋਂ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਉਹਨਾਂ ਨੇ ਕਿਹਾ ਗਿਆ ਜੋ ਲਤੀਪੁਰੇ ਦੇ ਲੋਕ ਹੈ ਉਹਨਾਂ ਨੂੰ ਘਰ ਦਿੱਤੇ ਜਾਣਗੇ ਕਿੰਨਾਂ ਨੂੰ ਲੋੜ ਹੈਗੀ ਦੇਖੋ ਜੀ ਪਹਿਲੀ ਗੱਲ ਤਾਂ ਕੋਈ ਆਪਾਂ ਘਰ ਨਹੀਂ ਲੈਣਾ ਨਾ ਕਿਸੇ ਨੇ ਵੀ ਲੈਣਾ ਕੋਈ ਲੋੜ ਨਹੀਂ ਕੋਈ ਡਿਮਾਂਡ ਨਹੀਂ ਸਾਡੀ ਜਿੱਥੇ ਆਪਾਂ ਰਹਿ ਰਹੇ ਹਾਂ ਇੱਥੇ ਹੀ ਰਹਿਣਾ ਕਿਉਂਕਿ ਆਪਾਂ 1947 ਜੋ ਉੱਜੜ ਕੇ ਆਏ ਹਾਂ ਤੁਸੀਂ ਦੇਖ ਹੀ ਸਕਦੇ ਸਾਹਮਣੇ ਬੈਨਰ ਵੀ ਲੱਗਾ ਹੋਇਆ ਅਤੇ ਸਾਡਾ ਹੱਕ ਬਣਦਾ ਆ ਯਾਨੀ ਕਿ ਇੱਥੇ ਗੌਰਮੈਂਟ ਦਾ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਉਸ ਟਾਈਮ ਤਾਂ ਗੌਰਮੈਂਟ ਹੀ ਨਹੀਂ ਹੈਗੀ ਜਿਸ ਟਾਈਮ 'ਤੇ ਆਪਾਂ ਬੈਠੇ ਹੋਏ ਹਾਂ ਠੀਕ ਹੈ ਸਾਡਾ ਕੋਈ ਆਪਾਂ ਇਹੀ ਜਗ੍ਹਾ ਲੈਣੀ ਹੈ ਜਿੱਥੇ ਬੈਠੇ ਉਹ ਕਹਿੰਦੇ ਨੇ ਪਰੂਮਰ ਜੋ ਸੁਪਰੀਮ ਕੋਰਟ ਤੋਂ ਤੁਸੀਂ ਹਾਰੇ ਹੋਏ ਹੋ ਕੇਸ ਕਿਹੜਾ ਦੇਖੋ ਇਹ ਜਿਹੜਾ ਕੇਸ ਜਿਹੜਾ ਕਹਿੰਦੇ ਉਹ ਠੀਕ ਹੈ ਉਹ ਕੋਈ 16 ਬੰਦਿਆਂ ਦਾ ਉਹ ਵੀ ਤੋੜਨ ਦਾ ਨਹੀਂ ਹੈਗਾ ਉਹ ਤਾਂ ਸਿਰਫ ਨਿਸ਼ਾਨਦੇਹੀ ਲਈ ਸੀ ਆਪਣੇ ਕਾਨਗੋ ਪਟਵਾਰੀ ਦੀ ਕੋਈ ਕਾਨਗੋ ਪਟਵਾਰੀ ਦੀ ਨਿਸ਼ਾਨਦੇਹੀ ਨਹੀਂ ਕਰਾਈ ਇਹਨਾਂ ਨੇ ਫਿਰ ਕਿਉਂ ਤੋੜ ਦਿੱਤਾ ਗਿਆ 12 ਤਰੀਕ ਨੂੰ ਸੁਣਵਾਈ ਸੀ ਫਿਰ 12 ਤਰੀਕ ਤੋਂ ਪਹਿਲੇ ਪਰੂਮਾ ਟਰੱਸਟ ਵੱਲ ਡਿੱਚਾਂ ਕਿਉਂ ਚਲਾਈਆਂ ਗਈਆਂ ਦੇਖੋ ਭਾਅ ਜੀ ਇਸ ਚੀਜ਼ ਦਾ ਸਾਨੂੰ ਆਪ ਖੁਦ ਨਹੀਂ ਪਤਾ ਹੈਗਾ ਕਿਉਂਕਿ ਨਾ ਤਾਂ ਸਾਨੂੰ ਕੋਈ ਨੋਟਿਸ ਦਿੱਤਾ ਕੁਛ ਨਹੀਂ ਸਾਨੂੰ ਪਤਾ ਹੈਗਾ ਠੀਕ ਹੈ ਇੱਕ ਦਿਨ ਪਹਿਲਾਂ ਹੀ ਕਨਫਰਮ ਕਰਨ ਡਿਆ ਵੀ ਨੇ ਕਿ ਅਖਬਾਰ 'ਚ ਦਿੱਤਾ ਕੁਛ ਸਾਨੂੰ ਪਹਿਲਾਂ ਪਤਾ ਨਹੀਂ ਇਹ ਕਿੱਦਾਂ ਹੁਣ ਕੱਲ੍ਹ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹਮੀ ਵੱਡੇ ਘਰਾਂ ਵਾਲਿਆਂ ਨੂੰ ਨਹੀਂ ਮਕਾਨ ਮਿਲਣਗੇ ਜੋ 2-2 ਮਰਲੇ ਦੇ ਲੋਕ ਉੱਥੇ ਰਹਿੰਦੇ ਪਏ ਨੇ ਕਿਹਨਾਂ ਨੂੰ ਘਰ ਦੀ ਜ਼ਰੂਰਤ ਹੈ ਉਹਨਾਂ ਨੂੰ ਘਰ ਵੀ ਦਿੱਤੇ ਜਾਣਗੇ ਕਈਆਂ ਦੇ ਨਾਲ ਉਹਨਾਂ ਦਾ ਰਾਬਤਾ ਵੀ ਹੋਇਆ ਇਸ ਵਾਰ ਦੇਖੋ ਨਾ ਤਾਂ ਕਿਸੇ ਦਾ ਕੋਈ ਰਾਬਤਾ ਹੋਇਆ ਅਤੇ ਨਾ ਕੋਈ ਗਿਆ ਆ ਠੀਕ ਹੈ ਨਾਲੇ ਪਹਿਲੀ ਗੱਲ ਤਾਂ ਇਹ ਜਿਹੜੇ ਘਰ ਕਹਿੰਦੇ ਪਏ ਨੇ ਘਰ ਤਾਂ ਦੇਖੋ ਤੁਸੀਂ ਅੱਗੋਂ ਫੈਮਲੀਆਂ ਕਿੰਨੀਆਂ ਕਿੰਨੀਆਂ ਜਿਨ੍ਹਾਂ ਦੇ ਘਰ 4-4 ਫੈਮਲੀਆਂ ਨੇ ਇੱਕ ਜਣੇ ਦੀਆਂ ਜੇ ਉਹ ਕਿਸੇ ਦੀ 22 ਮਰਲੇ ਜਗ੍ਹਾ ਹੈਗੀ ਤਾਂ ਉਹ 'ਚੋਂ ਤੁਸੀਂ ਡਿਵਾਈਡ ਕਰ ਲਓ 4-4 5-5 ਮਰਲੇ ਦਾ ਉਹਨਾਂ ਹਿੱਸੇ ਜਗ੍ਹਾ ਆਉਂਦੀ ਹੈ ਠੀਕ ਹੈ ਨਾ ਉਹ 'ਚੋਂ ਕੌਣ ਵੱਡੇ ਘਰ ਵਾਲਾ ਹੋ ਗਿਆ ਅੱਜ ਉਹਨਾਂ ਨੇ ਕਿਹਾ ਸੀ ਸਾਡੇ ਜਲੰਧਰ ਪ੍ਰਸ਼ਾਸਨ ਔਰ MLA ਸਾਹਿਬ ਆਪ ਚੱਲ ਕੇ ਤੁਹਾਡੇ ਕੋਲ ਆਉਣਗੇ ਤੁਹਾਡੇ ਨਾਲ ਗੱਲਬਾਤ ਕਰਨਗੇ ਤੁਹਾਡੇ ਨਾਲ ਜੋ ਤੁਹਾਡੀਆਂ ਮੰਗਾਂ ਉਹ ਕਿਹੜੀਆਂ ਜਲਦੀ ਪੂਰੀਆਂ ਕੀਤੀਆਂ ਸਾਡੀ ਮੰਗ ਇਹੀ ਹੈ ਕਿ ਜਿਹੜੀ ਸਾਡੀ ਜਗ੍ਹਾ ਆਪਾਂ ਇਹੀ ਲੈਣੀ ਹੈ ਕਿਉਂਕਿ ਆਪਾਂ ਅੱਜ ਦਿਨ ਹੀ ਬੈਠੇ 15 ਸਾਲ ਆਪਣੇ ਸੋਰੀ 15-15 ਫੁੱਟ ਛੱਪੜ ਸੀ ਜਿਹੜੇ ਆਪਾਂ ਪੂਰੇ ਆ ਜੀ ਹਾਂਜੀ ਜੋ ਸਰਕਾਰ ਨੇ ਕਿਹਾ ਉਸਦੇ ਤੁਸੀਂ ਅਮਲ ਨਹੀਂ ਹੈ ਬਿਲਕੁਲ ਅਮਲ ਨਹੀਂ ਹੈਗਾ ਸਾਨੂੰ ਸਰ ਕੀ ਕਹਿਣਾ ਚਾਹੁੰਦੇ ਹੋ ਕੱਲ੍ਹ ਸਰਕਾਰ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਲਤੀਪੁਰੇ ਦੇ ਜੋ ਮਾਮਲਾ ਹੈਗਾ ਵਾ ਉਹਨਾਂ ਨੂੰ ਹੁਣ ਜਲਦੀ ਸਰਕਾਰ ਵੱਲੋਂ ਉਹਨਾਂ ਨੂੰ ਘਰ ਕਿਹੜੀ ਉਹਨਾਂ ਦੀ ਆਪਣੀਆਂ ਛੱਤਾਂ ਦਿੱਤੀਆਂ ਜਾਣ ਭਾਅ ਜੀ ਦੇਖੋ ਫਸਟਲੀ ਤਾਂ ਗੱਲ ਇਹ ਹੈ ਕਿ ਜੇ ਸਰਕਾਰ ਨੇ ਇਹੀ ਐਲਾਨ ਕਰਨਾ ਸੀਗਾ ਤਾਂ ਸਰਕਾਰ ਨੇ ਢਾਏ ਕਿਉਂ ਜੀ ਜੇ ਸਰਕਾਰ ਨੇ ਦੇਣੇ ਸੀ ਫਿਰ ਸਰਕਾਰ ਨੂੰ ਢਾਉਣ ਦੀ ਕੀ ਲੋੜ ਸੀਗੀ ਫਿਰ ਜੋ ਬਣਿਆ ਸੀ ਬਣਿਆ ਰਹਿਣ ਦਿੰਦੇ ਸੈਕਿੰਡਲੀ ਇਹ ਉਹਨਾਂ ਨੇ ਵਿੱਚ ਇਹ ਵਰਡ ਯੂਜ਼ ਕੀਤਾ ਜੀ ਵੱਡੇ ਮਕਾਨ ਬਣਾਏ ਸੀ ਕਿਸੇ ਦੀ ਪਾਕਿਟ ਅਲਾਓ ਕਰਦੀ ਸੀ ਉਹਨੇ ਵੱਡਾ ਮਕਾਨ ਆਪਣੀ ਮਿਹਨਤ ਨਾਲ ਬਣਾਇਆ ਸਰਕਾਰ ਨੇ ਬਣਾ ਕੇ ਨਹੀਂ ਦਿੱਤਾ ਸਰਕਾਰ ਨੇ ਤਾਂ ਜਸਟ ਢਾਇਆ ਸੈਕਿੰਡਲੀ ਦੇਖੋ ਜੀ ਇਹ ਇਨਕਰੋਚਰਸ ਦੀ ਗੱਲ ਕਰਦੇ ਨੇ ਕੋਈ ਇਨਕਰੋਚਮੈਂਟ ਨਹੀਂ ਹੈਗੀ ਸੁਪਰੀਮ ਕੋਰਟ ਦੀ ਜਜਮੈਂਟ ਦੀ ਗੱਲ ਕਰਦੇ ਨੇ ਮੈਂ ਸਾਰੀਆਂ ਜਜਮੈਂਟਸ ਰੀਡ ਆਊਟ ਕੀਤੀਆਂ ਨੇ ਬੇਸਿਕਲੀ ਆਈ ਐਮ ਐਡਵੋਕੇਟ ਫਰੋਮ ਬਾਏ ਮਾਈ ਪ੍ਰੋਫੈਸ਼ਨ ਠੀਕ ਹੈ ਜੀ ਉਹਦੇ ਵਿੱਚ ਜਸਟ ਇੰਨਾ ਲਿਖਿਆ ਗਿਆ ਕਿ ਜਿਹੜੇ 16 ਇਨਕਰੋਚਰਸ ਨੇ ਉਹਨਾਂ ਨੂੰ ਸ਼ੋਅ ਕੌਜ਼ ਨੋਟਿਸ ਦੇ ਦਿਓ ਠੀਕ ਹੈ 2012 ਦੀ ਜਜਮੈਂਟ ਦੀ ਜਿਹੜੀ ਇਹ ਇੰਪਰੂਵਮੈਂਟਸ ਗੱਲ ਕਰ ਰਹੀ ਹੈ ਨਾ ਜਿਹੜੇ ਚੇਅਰਮੈਨ ਸਾਹਿਬ ਗੱਲ ਕਰਦੇ ਨੇ ਕਿ ਉਹਨਾਂ ਨੂੰ ਸ਼ੋਅ ਕੌਜ਼ ਨੋ ਇਹਦੇ ਵਿੱਚ ਇਹ ਸੀਗਾ ਜੀ ਕਿ ਜਿਹੜੇ 16 ਇਨਕਰੋਚਰਸ ਕੋਰਟ ਨੇ ਜਿਹੜੇ ਹੈਗੇ ਨੇ ਉਹ ਵਿੱਚ ਪਾਰਟੀਜ਼ ਬਣਾਈਆਂ ਨੇ ਉਹ ਇੱਕ ਸ਼ੋਅ ਕੌਜ਼ ਨੋਟਿਸ ਉਹਨਾਂ ਨੂੰ ਕਮਿਸ਼ਨਰ ਦੇਣਗੇ ਕਮਿਸ਼ਨਰ ਆਫ ਦਾ ਇੰਪਰੂਵਮੈਂਟ ਟਰੱਸਟ ਉਹਨਾਂ ਨੂੰ ਅਪੁਆਇੰਟ ਕੀਤਾ ਸੀ ਸ਼ੋਅ ਕੌਜ਼ ਨੋਟਿਸ ਦਾ ਫਿਰ ਉਹ ਜਿਹੜੇ ਡਿਲੀਕੁਐਂਟ ਨੇ ਉਹ ਰਿਪਲਾਈ ਦੇਣਗੇ ਰਿਪਲਾਈ ਆਪਣਾ ਫਰਨਿਸ਼ ਕਰਨਗੇ ਉਹਨਾਂ ਨੂੰ ਕਮਿਸ਼ਨਰ ਸਾਹਿਬ ਕੰਸਿਡਰ ਕਰਨਗੇ ਐਂਡ ਔਨ ਰਿਕਾਰਡ ਲੈ ਕੇ ਆਉਣਗੇ ਢਾਉਣ ਦਾ ਆਰਡਰ ਕਿਤੇ ਨਹੀਂ ਹੈਗਾ ਫਿਰ ਕਿਉਂ ਢਾ ਦਿੱਤਾ ਗਿਆ ਕਿਉਂ ਦਿਨ ਚੜ੍ਹਦੇ ਹੀ ਕਿਹੜੀਆਂ ਡੇਚ ਚਲਾ ਦਿੱਤੀਆਂ ਗਈਆਂ 30-35 ਘਰ ਕਿਹੜੇ ਘਰ ਸੋਹਣੇ ਬਣੇ ਹੋਏ ਸੀ ਉਹਨਾਂ ਨੂੰ ਮਲਬੇ ਦੇ ਵਿੱਚ ਦੇਖੋ ਇਹ ਕਿਉਂ ਦਾ ਰੀਜ਼ਨ ਬੈਟਰ ਜਿਹੜਾ ਹੈਗਾ ਇੰਪਰੂਵਮੈਂਟ ਟਰੱਸਟ ਹੀ ਦੇ ਸਕਦੀ ਹੈ ਸੈਕਿੰਡਲੀ ਟਰੱਸਟ ਦੇ ਅਫਸਰਾਂ ਨਾਲ ਗੱਲਬਾਤ ਕੀਤੀ ਗਈ ਉਸ ਕੈਮਰੇ ਤੋਂ ਭੱਜਦੇ ਨਜ਼ਰ ਆਏ ਕੈਮਰੇ ਤੋਂ ਪੁੱਤ ਭਾਅ ਜੀ ਉਹਨਾਂ ਨੇ ਆਪਣੇ ਆਪੇ ਭੱਜਣਾ ਉਹਨਾਂ ਨੂੰ ਸਿਰਫ ਇਹ ਹੈ ਜੀ ਕਮਰਸ਼ਲਾਈਜੇਸ਼ਨ ਪਾਲਿਸੀ ਹੈ ਸੈਕਿੰਡਲੀ ਇੱਕ GTB ਨਗਰ ਕੋਈ ਇਹਨਾਂ ਨੇ ਕਨਸੈਪਟ ਸੀਗਾ ਉਹਦੇ ਵਿੱਚ ਤੁਸੀਂ ਇੰਟਰਵਿਊ ਧਿਆਨ ਨਾਲ ਸੁਣੋ ਉਹਦੇ ਵਿੱਚ ਕਹਿੰਦੇ ਜੀ 1979 ਦਾ ਕੋਈ ਅਵਾਰਡ ਪਾਸ ਹੋਇਆ ਹੋਇਆ ਇਫ ਦਾ ਅਵਾਰਡ ਵਾਜ਼ ਪਾਸਡ ਇਨ 1979 ਦੈਨ ਵਾਈ ਯੂ ਹੈਵ ਨਾਟ ਫਾਈਲਡ ਐਨ ਐਗਜੀਕਿਊਸ਼ਨ ਟਿਲ ਡੇਟ ਅਕੋਰਡਿੰਗ ਟੂ ਲਾਅ ਇਹ ਐਗਜੀਕਿਊਸ਼ਨ ਫਾਈਲ ਕਰਦੇ ਇਹ ਤਾਂ ਹੋਰ ਹੀ ਚੱਕਰਾਂ 'ਚ ਪੈ ਰਹੇ ਫਿਰ ਦੂਸਰੀ ਗੱਲ ਇਹ ਕਹਿੰਦੇ ਜੀ ਡਿਲੀਕੁਐਂਟ ਦੇ ਕੇਸ ਜਿਹੜੇ ਸੁਪਰੀਮ ਕੋਰਟ ਦੇ ਵਿੱਚੋਂ ਜਿਹੜੇ ਹੈਗੇ ਨੇ ਡਿਸਮਿਸ ਹੋਏ ਨੇ ਇਹਨਾਂ ਨੇ ਜਜਮੈਂਟ ਧਿਆਨ ਨਾਲ ਰੀਡ ਆਊਟ ਕੀਤੀ ਹੈ
ਇਹ ਜਿਹੜਾ ਹੈਗਾ ਜਜਮੈਂਟ ਧਿਆਨ ਨਾਲ ਰੀਡ ਆਊਟ ਕਰਨ, ਇਹਨਾਂ ਦੀਆਂ ਅੱਖਾਂ ਖੁੱਲਣਗੀਆਂ। 20 ਤਰੀਕ ਸੀ ਕੀ ਕੋਰਟ ਦੇ ਵਿੱਚ ਕੀ ਫੈਸਲਾ? 12 ਤਰੀਕ ਨੂੰ ਇਹੀ ਸੀਗਾ ਜੀ, 12 ਤਰੀਕ ਵਾਲੀ ਵੀ ਜਿਹੜੀ ਹੈਗੀ ਉਹ ਸਟੋਰੀ ਥੋੜ੍ਹੀ ਜਿਹੀ ਕੰਪਲੀਕੇਟਡ ਆ, ਮੈਂ ਤੁਹਾਨੂੰ ਬਰੀਫ 'ਚ ਸਮਝਾ ਦਿੰਦਾ। ਜਿਹੜਾ ਪਟੀਸ਼ਨਰ ਜਿਹਨੇ ਪਟੀਸ਼ਨ ਪਾਈ ਹੈ ਉਹਨੇ ਇੰਪਰੂਵਮੈਂਟ ਟਰੱਸਟ ਨੂੰ ਆਪਣੇ ਅਗੇਂਸਟ ਪਾਰਟੀ ਬਣਾਇਆ, ਠੀਕ ਹੈ ਜੀ। ਇੰਪਰੂਵਮੈਂਟ ਟਰੱਸਟ ਨੂੰ ਆਪਣੇ ਅਗੇਂਸਟ ਉਹਨੇ ਪਾਰਟੀ ਦਾ ਲਿਆ ਬਣਾ, ਕੇਸ ਪਟੀਸ਼ਨਰ ਜਿਹੜਾ ਹੈਗਾ ਵਿਨ ਕਰਦਾ ਪਿਆ, ਦੈਨ ਹਾਓ ਇਟ ਕੈਨ ਬੀ ਪੋਸੀਬਲ ਕਿ ਇੱਕ ਹਾਰਿਆ ਹੋਇਆ ਟਰੱਸਟ ਆ ਕੇ ਕਬਜ਼ਾ ਕਰ ਲਏ ਜੀ, ਠੀਕ ਹੈ। ਇਟ ਮੀਨਸ ਜਿਹੜਾ ਪਟੀਸ਼ਨਰ ਹੈ ਜਾਂ ਉੱਥੇ ਕੋਈ ਵੀ ਹੋਰ ਜਿਹਨੂੰ, ਮੈਂ ਤਾਂ ਇਹੀ ਕਹਾਂਗਾ ਕਿ ਇੰਪਰੂਵਮੈਂਟ ਟਰੱਸਟ ਨੇ ਹੀ ਅੱਗੇ ਕੀਤਾ, ਜਿਹਨੂੰ ਉਹਨਾਂ ਨੇ ਅੱਗੇ ਕੀਤਾ ਉਹਦਾ ਕੋਈ ਪਰਸਨਲ ਇੰਟਰਸਟ ਵੈਸਟਡ ਹੈ। ਤੁਹਾਨੂੰ ਨਹੀਂ ਲੱਗਦਾ ਪਹਿਲੇ ਸਰਕਾਰ ਨੂੰ ਹਾਵੀ ਇਹਨਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਸੀ? ਠੰਡ ਹੈ, ਛੋਟੇ ਛੋਟੇ ਬੱਚੇ ਸੀ, ਹਾਵੀ ਢਾਣ ਤੋਂ ਪਹਿਲੇ ਇਹਨਾਂ ਨਾਲ ਗੱਲਬਾਤ ਕੀਤੀ ਜਾਂਦੀ? ਗੱਲਬਾਤ ਕਰਨ ਤੋਂ ਬਾਅਦ ਕਿਹੜੀਆਂ ਦਿਨ ਚੜ੍ਹਦੇ ਕਿਹੜੀਆਂ ਡੇਚਾ ਚਲਾ ਦਿੱਤੀ? ਦੇਖੋ ਜੇ ਮੈਂ ਕਹਾਂ ਨਾ, ਸਰਕਾਰ ਤਾਂ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ ਇਸ ਟਾਈਮ ਸਰਕਾਰ ਨਾਮ ਦੀ ਕੋਈ ਚੀਜ਼ ਹੀ ਹੈ ਨਹੀਂ ਗੀ, ਠੀਕ ਹੈ। ਇਨ ਦਾ ਲਿਟਰਲ ਐਂਡ ਜਿਹੜਾ ਹੈਗਾ ਲੈਂਗੁਏਜ ਤਾਂ ਇਹੀ ਕਹਾਂਗਾ ਕਿ ਇਹ ਜਿਹੜੇ ਅਨਐਕਸਪੀਰੀਅੰਸਡ ਬੰਦੇ ਨੇ, ਇਹਨਾਂ ਨੂੰ ਕੋਈ ਐਕਸਪੀਰੀਅੰਸ ਨਹੀਂ ਹੈਗਾ ਪੋਲੀਟਿਕਸ ਦਾ, ਨਾ ਕੁਝ ਇਹਨਾਂ ਨੂੰ ਚਲਾਉਣ ਦਾ ਹੈਗਾ, ਠੀਕ ਹੈ। ਤੁਸੀਂ ਇੱਕ ਸੁੱਤਿਆਂ ਬੰਦਿਆਂ ਨੂੰ ਜਾ ਕੇ ਉਹਨਾਂ ਦੀਆਂ ਛੱਤਾਂ ਢਾ ਦਿਓ, ਬਾਅਦ ਵਿੱਚ ਇਹ ਬਿਆਨ ਦੇ ਦਿਓ, 7 ਕੁ ਦਿਨ ਬਾਅਦ ਵਿੱਚ ਤੁਸੀਂ ਇੱਕ ਬੜੀ ਕੌਨਸਟੀਟਿਊਸ਼ਨਲ ਬਾਡੀ ਹੋ, ਬੜੀ ਰਿਸਪੋਂਸੀਬਲ ਚੇਅਰ ਦੇ ਉੱਤੇ ਤੁਸੀਂ ਬੈਠੇ ਹੋ, ਤੁਸੀਂ ਇੱਕ ਇਰਰਿਸਪੋਂਸੀਬਲ ਸਟੇਟਮੈਂਟ ਦੇਣ ਡੇ ਹੋ ਜੀ, ਅਸੀਂ ਉਹਨਾਂ ਨੂੰ ਜਿਹੜੇ ਹੈਗੇ ਨੇ 2-2 ਕਮਰੇ, 1-1 ਕਿਚਨ, 1-1 ਲੌਬੀ ਬਣਾ ਦੇਵਾਂਗੇ। ਉਹ ਯਾਰ ਜਿਹੜੇ ਉਹਨਾਂ ਨੇ ਬਣਾਏ ਸੀ ਤੁਸੀਂ ਉਹੀ ਰਹਿਣ ਦਿਓ, ਫਲੈਟ ਦੀ ਗੱਲ ਹੁਣ ਫਲੈਟ ਦਿੱਤੇ ਜਾਣ, ਠੀਕ ਹੈ, ਅਤੇ ਕਦੋਂ ਦਿੱਤੇ ਜਾਣ ਕੋਈ ਡੇਟ ਤਾਂ ਸਪੈਸੀਫਾਈ ਕਰੋ। ਉਹਨਾਂ ਦਾ ਕਹਿਣਾ ਮਿੰਟੂ ਜੀ, ਉਹਨਾਂ ਦਾ MLA ਸਾਹਿਬ, ਜਦੋਂ ਆਪਾਂ ਫੋਨੋ ਲਿੱਤਾ ਸੀ, MLA ਸਾਹਿਬ ਕਹਿੰਦੇ ਨੇ ਅੱਜ ਪੰਜਾਬ ਜਲੰਧਰ ਪ੍ਰਸ਼ਾਸਨ DC ਸਾਹਿਬ ਜਾਂ ਉਹਨਾਂ ਦੇ ਆਪ ਨੁਮਾਇੰਦੇ ਚੱਲ ਕੇ ਤੁਹਾਡੇ ਕੋਲ ਆਉਣਗੇ, ਕੋਈ ਆਇਆ ਸੀ ਤੁਹਾਡੇ ਕੋਲ? ਭਾਅ ਜੀ ਸਾਡੇ ਕੋਈ ਆਇਆ ਨਹੀਂ ਆ, ਪਹਿਲੀ ਗੱਲ ਤਾਂ ਜੇ ਆਉਣਗੇ ਸਾਡੇ ਕੋਲ ਤਾਂ ਇਹੀ ਬੇਨਤੀ ਹੈ, ਜਿਹੜੀ ਸਾਡੀ ਜਗ੍ਹਾ ਹੈ ਸਾਨੂੰ ਦਿੱਤੀ ਹੈ, ਆਪਾਂ ਇਸ ਤੋਂ ਇਲਾਵਾ ਕੋਈ ਹੋਰ ਜਗ੍ਹਾ ਨਾ ਕਿਤੇ ਜਾਣਾ ਅਤੇ ਨਾ ਕਿਤੇ ਹੋਰ ਸ਼ਿਫਟ ਹੋਣਾ। 6 ਦਿਨ ਹੋ ਗਏ ਸੀ ਜਦੋਂ ਵਿਰੋਧੀ ਧਿਰਾਂ ਆਉਣੀਆਂ ਸ਼ੁਰੂ ਹੋ ਗਈਆਂ, ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਕਿਹੜਾ ਐਲਾਨ ਕੀਤਾ ਗਿਆ? ਦੇਖੋ ਜੀ ਭਾਅ ਜੀ, ਜੋ ਮਰਜ਼ੀ ਹੈ ਪਰ ਆਪਾਂ ਇਸ ਜਗ੍ਹਾ ਤੋਂ ਇਲਾਵਾ ਕਿਤੇ ਹੋਰ ਨਹੀਂ ਜਾਣਾ ਸਾਡਾ। ਇਹੀ ਮੇਰਾ ਸਵਾਲ ਹੈ ਵੈ, ਵਿਰੋਧੀ ਧਿਰਾਂ ਵੀ ਤੁਹਾਡੇ ਕੋਲ ਇੱਥੇ ਪਹੁੰਚੀਆਂ ਹੈਗੀਆਂ, ਭਾਵੇਂ ਗੱਲ ਕਰੀਏ ਕਾਂਗਰਸ, BJP, ਅਕਾਲੀ ਦਲ, ਉਹ ਵੀ ਸੁਖਬੀਰ ਬਾਦਲ ਵੀ ਇੱਥੇ ਪਹੁੰਚੇ ਪ੍ਰਧਾਨ ਅਕਾਲੀ ਦਲ ਦੇ, ਤੁਹਾਨੂੰ ਨਹੀਂ ਪਤਾ ਵਿਰੋਧੀ ਧਿਰਾਂ ਪਹੁੰਚਣ ਤੋਂ ਬਾਅਦ ਹੀ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ? ਦੇਖੋ ਸ਼ਾਇਦ ਹੋ ਸਕਦਾ ਪਰ ਆਪਾਂ ਨੂੰ ਜਿਹੜਾ ਉਹਨਾਂ ਦਾ ਐਲਾਨ ਹੈ, ਪਹਿਲੀ ਗੱਲ ਤਾਂ ਸਾਨੂੰ ਮਨਜ਼ੂਰ ਹੀ ਹੈ ਨਹੀਂ ਗਾ, ਬਾਕੀ ਆਪਾਂ ਔਰ ਤਾਂ ਕੋਈ ਗੱਲ ਹੀ ਨਹੀਂ ਕਰਦੇ। ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ, ਜੋ ਇੱਥੇ ਦੇ ਲੋਕ ਹੈ, ਵਾਸੀ ਆ, ਉਹਨਾਂ ਦਾ ਕਹਿਣਾ ਸਾਨੂੰ ਜੋ ਸਰਕਾਰ ਜੋ ਮਰਜ਼ੀ ਕਹੇ, ਅਸੀਂ ਇਸ ਜਗ੍ਹਾ ਤੋਂ ਲਤੀਫਪੁਰੇ ਤੋਂ ਨਹੀਂ ਜਾਵਾਂਗੇ, ਅਸੀਂ ਜੋ ਹੈ 70 ਸਾਲ ਹੋ ਗਏ ਸਾਨੂੰ ਇੱਥੇ, ਜੋ ਇੱਥੇ ਅਸੀਂ ਆਏ ਹਾਂ ਪਾਕਿਸਤਾਨ ਦੇ ਟਾਈਮ ਦੇ ਇੱਥੇ ਜੋ ਬੈਠੇ ਹੋਏ ਹਾਂ, ਅਤੇ ਅਸੀਂ ਇਸੀ ਜਗ੍ਹਾ 'ਤੇ ਰਹਾਂਗੇ, ਭਾਵੇਂ ਸਰਕਾਰ ਵੱਡੇ ਵੱਡੇ ਐਲਾਨ ਕਰ ਦੇਵੇ ਕੁਛ ਵੀ ਹੈ, ਸਾਨੂੰ ਇਸੀ ਜਗ੍ਹਾ 'ਤੇ ਜੋ ਸਾਡੀਆਂ ਛੱਤਾਂ ਸੀ ਢਾ ਦਿੱਤੀਆਂ, ਉਹੀ ਛੱਤਾਂ ਸਾਨੂੰ ਦੁਬਾਰਾ ਸਰਕਾਰ ਇਸੀ ਜਗ੍ਹਾ 'ਤੇ ਬਣਾ ਕੇ ਦੇਵੇ। ਦੇਖਣਾ ਹੋਏਗਾ ਸਰਕਾਰ ਇਹਨਾਂ ਦੀ ਜੋ ਮੰਗਾਂ ਉਹ ਮੰਨਦੀ ਹੈ ਜਾਂ ਨਹੀਂ। ਕੈਮਰਾਮੈਨ ਦੇਵਰਾਜ ਦੇ ਨਾਲ ਸੋਨੂੰ ਮਹਾਜਨ, ਜਗਬਾਣੀ TV, ਜਲੰਧਰ।